ਮੇਰਾ ਮੇਲਰ ਹੈ ਹੇਲਰਾਂ, ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਆ। ਫਿਰ ਮੈਂ 16 ਸੈਕਟਰ ਚੰਡੀਗੜ੍ਹ ਗਿਆ, ਉੱਥੇ ਆਪਣਾ ਚੈੱਕਅਪ ਕਰਵਾਇਆ, ਉੱਥੇ MRI ਵੀ ਕਰਵਾਈ। ਫਿਰ ਉਹਨਾਂ ਡਾਕਟਰ ਨੂੰ ਦਿਖਾਇਆ ਸਾਰਾ, ਉਹ ਕਹਿੰਦੇ ਵੀ ਇਹ ਤਾਂ ਮਤਲਬ ਇਹ ਸਾਡੇ ਕੋਲ ਨਹੀਂ ਹੋਣਾ ਹੈਗਾ, ਇਹ ਤੂੰ 32 ਸੈਕਟਰ ਚੱਲ ਜਾ, ਉੱਥੇ 33 ਡਾਕਟਰ ਆ, ਉਹਨਾਂ ਨੇ ਵਧੀਆ ਸਰਜਰ ਆ, ਤੂੰ ਉੱਥੋਂ ਕਰਵਾ ਲਾ। ਉਸ ਤੋਂ ਬਾਅਦ ਮੈਂ 32 ਸੈਕਟਰ ਚਲੇ ਗਿਆ ਅਤੇ ਉੱਥੇ ਜਾ ਕੇ ਕਾਰਡ ਬਣਾਇਆ ਅਤੇ ਮਤਲਬ ਡਾਕਟਰ ਅਤਰੀ ਉੱਥੇ ਉਹਨਾਂ ਨੂੰ ਮਿਲੇ ਆ, ਉਹਨਾਂ ਨੂੰ ਦਿਖਾਲੀ ਸਾਰੀ ਰਿਪੋਰਟ ਵਗੈਰਾ, ਉਹਨਾਂ ਨੇ ਵੀ ਚੈੱਕ ਕੀਤਾ ਅਤੇ ਉਹਨਾਂ ਨੇ ਫਿਰ ਮੈਨੂੰ ਟੈਸਟ ਟੂਸਟ ਕਰਨ ਬਾਰੇ ਕਿਹਾ ਵੀ ਤੁਹਾਡਾ ਆਪਰੇਸ਼ਨ ਹੋਣਾ ਆ, ਵੀ ਤੁਸੀਂ ਇੱਦਾਂ ਕਰੋ ਵੀ ਆਹ ਸਾਰੇ ਟੈਸਟ ਕਰਵਾਓ। ਉਹ ਕਹਿੰਦੇ ਵੀ ਹੁਣ ਤੁਸੀਂ ਇੱਦਾਂ ਕਰੋ ਵੀ ਟੈਸਟ ਤੁਹਾਡੇ ਸਹੀ ਆ, ਤੁਸੀਂ ਜਾ ਕੇ ਉਹ ਆਪਰੇਸ਼ਨ ਦੀ ਡੇਟ ਲੈ ਲਓ। ਫਿਰ ਉਹਨਾਂ ਨੇ ਸਾਨੂੰ ਡੇਟ ਦਿੱਤੀ ਆ 26 ਫਰਵਰੀ। ਉਦੋਂ ਬਾਅਦ ਅਸੀਂ ਘਰ ਆ ਗਏ ਅਤੇ ਜਦੋਂ ਫਿਰ ਸਾਨੂੰ 26 ਦਿੱਤੀ ਸੀ ਡੇਟ, ਉਸ ਡੇਟ 'ਤੇ ਅਸੀਂ ਉੱਥੇ ਹੋਸਪਿਟਲ ਚਲ ਗਏ। ਜਦੋਂ ਅਸੀਂ ਉੱਥੇ ਐਡਮਿਟ ਹੋਣ ਗਏ ਅਤੇ ਉਹ ਕਹਿੰਦੇ ਵੀ ਅੱਗੇ ਅਸੀਂ ਮੰਡੇ ਕਰੀਦਾ ਸੀ, ਹੁਣ ਅਸੀਂ ਟਿਊਜ਼ਡੇ ਆਪਰੇਸ਼ਨ ਕਰੀਦਾ ਆ, ਵੀ ਤੁਸੀਂ ਸਰਾਂ 'ਚ ਲੈ ਲਓ ਵੀ ਅਗਲੇ ਦਿਨ ਤੁਸੀਂ ਐਡਮਿਟ ਹੋ ਗਏ, ਉਦੋਂ ਅਗਲੇ ਦਿਨ ਤੁਹਾਡਾ ਆਪਰੇਸ਼ਨ ਹੋਣਾ। ਉਹਦੇ ਮੇਰੇ ਨਾਲ ਇੱਕ ਹੋਰ ਪੇਸ਼ੈਂਟ ਸੀਗਾ ਜਿਹੜਾ ਉੱਥੇ ਹੀ ਆਪਰੇਸ਼ਨ ਕਰਾਇਆ ਸੀ, ਭੁਦੰਦਰ ਫੋੜੇ ਦਾ ਜਿਹੜਾ ਫਿਸਟੂਲਾ ਦਾ, ਉਹ ਕਹਿੰਦਾ ਵੀ ਮੇਰੀ ਵਾਈਫ ਨੇ ਆਪਰੇਸ਼ਨ ਕਰਾਇਆ ਆ, ਵੀ ਇਹਨੂੰ 6 ਮਹੀਨੇ ਹੋ ਗਿਆ, ਵੀ ਹਜੇ ਵੀ ਉਹ ਠੀਕ ਨਹੀਂ ਹੈਗੀ। ਫਿਰ ਮੈਂ ਜਿੱਦਾਂ ਡਰ ਗਿਆ ਵੀ ਮੇਰੇ ਨਾਲ ਵੀ ਉਹੀ ਦਿੱਕਤ ਹੋਣੀ ਆ, ਵੀ ਮੇਰੇ ਵੀ ਤਾਂ ਉਹੀ ਚੀਜ਼ ਆ ਵੀ ਜਖਮ ਨਹੀਂ ਭਰਦਾ। ਉਦੋਂ ਬਾਅਦ ਫਿਰ ਮਤਲਬ ਮੈਂ ਜਿਹੜਾ ਮੇਰਾ ਫਰੈਂਡ ਇੱਥੇ ਰਾਣਾ ਹੋਸਪਿਟਲ ਹੈ ਸਰਹੰਦ ਫਤਿਹਗੜ੍ਹ ਸਾਹਿਬ ਦੇ ਵਿੱਚ, ਫਿਰ ਉਹਨੇ ਮੈਨੂੰ ਦੱਸਿਆ ਵੀ ਮੈਂ ਉੱਥੇ ਆਪਰੇਸ਼ਨ ਕਰਵਾਇਆ ਆਪਣਾ। ਅਤੇ ਉਹ ਤੋਂ ਬਾਅਦ ਫਿਰ ਜਿੱਦਾਂ ਮੈਂ ਇੱਕ ਆਪਣੇ ਹੋਰ ਫਰੈਂਡ ਨਾਲ ਗੱਲ ਕੀਤੀ ਵੀ ਇੱਦਾਂ ਦਾ ਕਰਕੇ ਮੈਨੂੰ ਆਪਰੇਸ਼ਨ, ਕਹਿੰਦਾ ਉਹਨੇ ਵੀ ਮੈਨੂੰ ਦੱਸਿਆ ਵੀ ਤੂੰ ਇੱਦਾਂ ਦਾ ਨਾ ਕਰਵਾਈ ਚੀਰ ਪਾੜ, ਵੀ ਇੰਨਾ ਆਰਾਮ ਨਹੀਂ ਆਉਂਦਾ ਹੈਗਾ, ਤੂੰ ਲੇਜ਼ਰ ਨਾਲ ਜਾਂ ਹੋਰ ਤਰ੍ਹਾਂ ਆਪਰੇਸ਼ਨ ਕਰਵਾ ਲੈ ਲੇਜ਼ਰ ਨਾਲ। ਅਤੇ ਉਹ ਤੋਂ ਬਾਅਦ ਫਿਰ ਜਿੱਦਾਂ ਮੈਂ ਆਪ ਵੀ ਸਲਾਹ ਕੀਤੀ ਵੀ ਜਿੱਦਾਂ ਹੁਣ ਚੀਰ ਪਾੜ ਕਰਨੀ ਹੈ ਤਾਂ ਮੈਂ ਕੰਮ ਵਾਲਾ ਬੰਦਾ ਆ, ਵੀ ਮੈਨੂੰ ਤਾਂ ਫਿਰ ਕਾਫੀ ਟਾਈਮ ਲੰਮਾ ਪੈ ਜਾਣਾ, ਵੀ 6 ਮਹੀਨੇ ਜੇ ਮੈਂ ਵੀ ਇੱਦਾਂ ਹੀ ਪਿਆ ਤਾਂ ਮੇਰਾ ਕੰਮ ਸਾਰਾ ਰਹਿ ਜਾਣਾ। ਉਹ ਤੋਂ ਬਾਅਦ ਫਿਰ ਮੈਂ ਆਪਣਾ ਜਿੱਦਾਂ ਪਲੈਨ ਚੇਂਜ ਕਰ ਲਿਆ, ਮੈਂ ਘਰ ਆ ਗਿਆ। ਘਰ ਆ ਕੇ ਫਿਰ ਮੈਂ ਜਿੱਦਾਂ ਉਹ ਆਪਣੇ ਫਰੈਂਡ ਨਾਲ ਗੱਲ ਕੀਤੀ ਸੀ ਵੀ ਰਾਣਾ ਹੋਸਪਿਟਲ ਬਹੁਤ ਵਧੀਆ ਆ, ਵੀ ਤੂੰ ਉੱਥੇ ਆਪਰੇਸ਼ਨ ਕਰਾ, ਵੀ ਉੱਥੇ ਲੇਜ਼ਰ ਨਾਲ ਇੱਕ ਦੂਰਬੀਨ ਨਾਲ ਕਰਦੇ ਜਿਹੜੀ ਨਵੀਂ ਟੈਕਨੋਲੋਜੀ ਆ। ਅਤੇ ਫਿਰ ਉਦੋਂ ਬਾਅਦ ਅਸੀਂ ਇੱਥੇ ਹੋਸਪਿਟਲ 'ਤੇ ਜਿੱਦਾਂ ਪਹਿਲਾਂ ਫੋਨ ਕੀਤਾ ਵੀ ਤੁਸੀਂ ਕੁਛ ਖਾਇਓ ਨਾ, ਅਸੀਂ ਬਿਨਾਂ ਕੁਛ ਖਾਧੇ ਪੀਤੇ ਰਾਤ ਦੀ ਜਿਹੜੀ ਰੋਟੀ ਖਾਧੀ ਸੀ ਮੋਰਨਿੰਗ 8 ਵਜੇ ਇੱਥੇ ਪਹੁੰਚ ਗਏ। ਅਤੇ ਉਹ ਤੋਂ ਬਾਅਦ ਐਡਮਿਟ ਹੋਏ ਆ, ਉਹ ਜਿਹੜੀ ਮੇਰੇ ਟੈਸਟ ਹੋਏ ਸੀਗੇ ਜਾਂ ਇਹਨਾਂ ਨੇ 1-2 ਟੈਸਟ ਮੇਰੇ ਕੀਤੇ, ਅਤੇ ਬਸ ਜਿੱਦਾਂ ਮੈਨੂੰ ਪਤਾ ਵੀ ਨਹੀਂ ਲੱਗਿਆ ਮੇਰਾ ਆਪਰੇਸ਼ਨ ਹੋ ਗਿਆ। 2 ਘੰਟੇ ਦੇ ਵਿੱਚ ਜਿੱਦਾਂ ਮੈਂ ਪਿਆ ਜਾਂ ਬੈਠਾ ਅਤੇ ਆਪਰੇਸ਼ਨ ਹੋ ਗਿਆ ਪਤਾ ਨਹੀਂ, ਨਾਲੇ ਛੁੱਟੀ ਹੋ ਗਈ ਫਿਰ ਮੈਨੂੰ 2 ਘੰਟਿਆਂ ਬਾਅਦ ਰੈਸਟ ਕਰਨ ਤੋਂ ਬਾਅਦ। ਅਤੇ ਹੁਣ ਮੈਂ ਜਿੱਦਾਂ ਬਹੁਤ ਵਧੀਆ ਠੀਕ ਆ, ਜੇ ਕਿਸੇ ਨੇ ਕਰਵਾਉਣਾ ਆ ਜਿੱਦਾਂ ਵਧੀਆ ਆ, ਮੈਂ ਕਹਿੰਦਾ ਤੁਸੀਂ ਇੱਕ ਵਾਰੀ ਡਾਕਟਰ ਨੂੰ ਆ ਕੇ ਮਿਲੋ, ਉਹਨਾਂ ਦੀ ਰਾਏ ਲੈ ਲਓ, ਜੇ ਤੁਹਾਨੂੰ ਕੋਈ ਲੱਗਦੀ ਆ ਕੋਈ ਇਸ਼ੂ ਹੈਗਾ ਆ ਤੁਸੀਂ ਗੱਲਬਾਤ ਕਰਕੇ ਆਪਣਾ ਦੂਰ ਕਰ ਸਕਦੇ ਆ। ਵੈਸੇ ਬਹੁਤ ਵਧੀਆ ਹੋਸਪਿਟਲ ਹੈ, ਕਰਵਾਓਗੇ ਦੇਖੋਗੇ ਤਾਂ ਬਹੁਤ ਵਧੀਆ ਆ।